ਹਿੰਦੁਸਤਾਨ ਦੀ ਸਭ ਤੋਂ ਪੁਰਾਣੀ ਪਾਰਟੀ ਇਸ ਲੈਵਲ ਤੇ ਆ ਗਈ, ਇਸ ਨੀਵੇਂ ਪੱਧਰ ਤੇ ਆ ਕੇ। ਪਹਿਲਾਂ ਉਹਨਾਂ ਨੇ ਤਿੰਨੋਂ ਰਾਜਾਂ ਦੇ ਵਿੱਚ, ਚਾਹੇ ਵੈਸਟ ਆਪਣੇ ਤੇਲੰਗਾਨਾ ਸੀਗਾ, ਚਾਹੇ ਮੱਧ ਪ੍ਰਦੇਸ਼, ਚਾਹੇ ਛੱਤੀਸਗੜ੍ਹ, ਚਾਹੇ ਰਾਜਸਥਾਨ, ਇੱਥੇ ਆ ਕੇ ਉਹਨਾਂ ਨੇ ਨਫ਼ਰਤ ਦੇ ਬੀਜ ਬੋਏ, ਕਾਸਟ ਸੈਂਸਸ ਦੀਆਂ ਗੱਲਾਂ ਕੀਤੀਆਂ, ਮਸਲਾ ਵੋਟ ਸੀਗਾ। ਹੁਣ ਪੰਜਾਬ ਦੇ ਅੰਦਰ ਪਹਿਲਾਂ ਵੀ ਇਹਨਾਂ ਨੇ 22 ਦੇ ਇਲੈਕਸ਼ਨਾਂ ਤੋਂ ਪਹਿਲਾਂ ਨਫ਼ਰਤ ਦੇ ਬੀਜ ਬੋਏ, ਹਿੰਦੂ ਸਿੱਖ ਭਾਈਚਾਰਾ ਪੰਜਾਬ ਦੀ ਸਦਭਾਵਨਾ ਦੇ ਅੰਦਰ ਆਪਣੀ ਕੋਝੀ ਸੋਚ ਨੂੰ ਚੱਲਦੇ ਹੋਏ ਇਹਨਾਂ ਨੇ ਨਫ਼ਰਤ ਦੇ ਬੀਜ ਬੋਣ ਦੀ ਕੋਸ਼ਿਸ਼ ਕੀਤੀ। ਹੁਣ ਫੇਰ ਇਸੇ ਗੱਲ 'ਤੇ ਆ ਗਈ। ਦੇਖੋ, ਮੇਰੀ ਬੇਨਤੀ ਹੈ ਇਹਨਾਂ, ਮੈਂ ਸਮਝਦਾ ਬਹੁਤ ਹੀ ਘਟੀਆ ਸੋਚ ਦੇ ਜਿਹੜੇ ਖਾਸ ਤੌਰ 'ਤੇ ਪੰਜਾਬ ਵਾਲੇ ਕਾਂਗਰਸ ਦੇ ਜਿਹੜੇ ਲੀਡਰ ਹੈ, ਉਹ ਪੰਜਾਬ ਨੂੰ ਬਖਸ਼ਣ ਸਭ। ਤੁਸੀਂ ਕਿਸੇ ਨੇ ਮੁੱਖ ਮੰਤਰੀ ਬਣਨਾ ਨਹੀਂ ਬਣਨਾ, ਪਰ ਆਹ ਜਿਹੜਾ ਨਫ਼ਰਤ ਦੇ ਬੀਜ ਨਾ ਬੋ, ਇੱਥੇ ਸਾਰਿਆਂ ਦਾ ਭਾਈਚਾਰਕ ਸਾਂਝ ਹੈ ਪੰਜਾਬ ਦੀ, ਪੰਜਾਬ ਜਾਣਾ ਇਸੇ ਕਰਕੇ ਜਾਂਦਾ। ਪੰਜਾਬ ਦਾ ਦਿਲ ਵੱਡੇ ਜਿਗਰੇ ਵਾਲੇ ਵੀ ਹੈ, ਵੱਡੇ ਛਾਤੀਆਂ ਵਾਲੇ ਵੀ ਹੈ। ਆਹ ਛੋਟੀ ਸੋਚ ਵਾਲੇ ਲੀਡਰ ਪਤਾ ਨਹੀਂ ਕਿੱਥੋਂ ਪੈਦਾ ਹੋਏ ਹੈ, ਅਤੇ ਸਭ ਤੋਂ ਵੱਡੀ ਮੈਂ ਸਮਝਦਾ ਵੀ ਪੰਜਾਬ ਦੀ ਜਨਤਾ ਦੇ ਨਾਲ ਮਜ਼ਾਕ ਆਹ ਹੋ ਰਿਹਾ ਵੀ ਕੱਲ੍ਹ ਕਾਂਗਰਸ ਦੇ ਸਾਰੇ ਲੀਡਰ ਇਸ ਗੱਲ ਨੂੰ ਇਕੱਠੇ ਹੋਏ ਵੀ ਇੱਥੇ ਹਿੰਦੂਆਂ ਨੂੰ ਉਹਨਾਂ ਦਾ ਬਣਦਾ ਸਤਿਕਾਰ ਮਿਲੂਗਾ, ਬਣਦਾ ਉਹਨਾਂ ਨੂੰ ਹਿੱਸਾ ਮਿਲੂਗਾ। ਸਭ ਭਰੋਸਾ ਦੇਣ ਵਾਲੇ ਕੌਣ ਸੀਗੇ? ਉਹੀ ਲੋਕ ਸੀਗੇ ਜਿਨ੍ਹਾਂ ਨੇ ਬੀਜ ਬੋਏ ਇੱਥੇ ਹਿੰਦੂ ਸਿੱਖ ਭਾਈਚਾਰੇ ਦੇ ਵਿੱਚ। ਮੇਰੀ ਫੇਰ ਬੇਨਤੀ ਹੈ, ਪੰਜਾਬ ਨੂੰ ਬਖਸ਼ੋ, ਪੰਜਾਬ ਦੀ ਭਾਈਚਾਰੇ। ਪਤਾ ਨਹੀਂ ਜਾਖੜ ਸਾਹਿਬ ਕਿਉਂ ਇਹ ਗੱਲ ਕਹਿ ਰਹੇ ਨੇ, ਬਹੁਤ ਸਤਿਕਾਰਯੋਗ ਨੇ ਜਾਖੜ ਸਾਹਿਬ। ਔਰ ਸਾਰੀ ਉਮਰ ਮੈਂ ਹਮੇਸ਼ਾ ਇਹ ਕਹਿੰਦਾ ਹੈ ਕਿ 68 ਸਾਲ ਦੀ ਉਹਨਾਂ ਦੀ ਉਮਰ ਹੋ ਗਈ ਤਕਰੀਬਨ 68 ਸਾਲ। ਉਹਨਾਂ ਨੂੰ ਇਹ ਪਤਾ ਨਹੀਂ ਲੱਗਿਆ ਕਿ ਕਾਂਗਰਸ ਪਾਰਟੀ ਨਫ਼ਰਤ ਦੇ ਬੀਜ ਬੋਂਦੀ ਹੈ। ਅਚਨਚੇਤ ਜਦ ਚੀਫ ਮਿਨਿਸਟਰ ਦੀ ਦੌੜ 'ਚ ਸਨ, ਨਹੀਂ ਬਣਾਇਆ ਗਿਆ, ਹਾਲਾਂਕਿ ਹਾਰੇ ਵੀ ਸੀ, ਤਾਂ ਹੁਣ ਉਹਨਾਂ ਨੂੰ ਇਹ ਯਾਦ ਆਉਣ ਲੱਗ ਪਿਆ ਕਿ ਜਿਹੜੀ ਕਾਂਗਰਸ ਪਾਰਟੀ ਉਹ ਤਾਂ ਬਹੁਤ ਮਾੜੀ ਪਾਰਟੀ ਹੈ, ਪੰਜਾਬ ਨੂੰ ਵੰਡਣਾ ਚਾਹੁੰਦੀ ਹੈ। ਮੈਂ ਦੱਸਣਾ ਚਾਹੁੰਦਾ ਇਹ ਉਹ ਕਾਂਗਰਸ ਪਾਰਟੀ ਹੈ ਜਾਖੜ ਸਾਹਿਬ ਜਿਹਨੇ ਸ਼ਹਾਦਤਾਂ ਦਿੱਤੀਆਂ ਇਸ ਪੰਜਾਬ ਨੂੰ ਬਚਾਉਣ ਵਾਸਤੇ। ਜਿਹੜੇ ਉਹ ਕਾਲੇ ਦਿਨ ਸੀਗੇ, ਮੁੜ ਦੁਬਾਰੇ ਤੁਸੀਂ ਆਪ ਕਹਿੰਦੇ ਰਹੇ ਹੋ, ਤੁਹਾਡੀਆਂ 25 ਸਟੇਟਮੈਂਟਸ ਹੈਗੀਆਂ ਜਿੱਥੇ ਤੁਸੀਂ ਇਹ ਕਿਹਾ ਕਿ ਅਗਰ ਕਾਂਗਰਸ ਪਾਰਟੀ ਨਾ ਹੁੰਦੀ ਤਾਂ ਪੰਜਾਬ ਨਹੀਂ ਹੋਣਾ ਸੀ। ਅਚਨਚੇਤ ਜਦੋਂ ਤੁਹਾਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਤਾਂ ਤੁਸੀਂ ਇਹ ਕਹਿਣ ਲੱਗ ਪਏ ਕਿ ਨਫ਼ਰਤ ਦੇ ਬੀਜ ਬੋਂਦੀ ਹੈ। ਸੋ ਇਸ ਤਰ੍ਹਾਂ ਦੀ ਟਿੱਪਾ ਟਿੱਪਣੀ ਕਰਨੀ ਏਡੇ ਵੱਡੇ ਲੀਡਰ ਤੋਂ ਜਿਹੜਾ ਇਸ ਪਾਰਟੀ ਨਾਲ ਇੰਨੇ ਸਾਲ ਜਿਨ੍ਹਾਂ ਦੇ ਸਬੰਧ ਰਹੇ ਹੋਣ, ਉਹ ਇਹ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀ। ਅਸੀਂ ਕਿਸੇ ਪ੍ਰਕਾਰ ਦੇ ਨਫ਼ਰਤ ਦੇ ਬੀਜ ਨਹੀਂ ਪਾਉਂਦੇ। ਰਾਹੁਲ ਗਾਂਧੀ ਸਾਡੀ ਪਾਰਟੀ ਸੈਕੂਲਰ ਪਾਰਟੀ ਹੈ, ਇਹ ਤੁਹਾਡੀ ਪਾਰਟੀ ਦਾ ਕੰਮ ਹੈ ਜਿਹੜੀ 'ਚ ਅੱਜ ਕੱਲ੍ਹ ਤੁਸੀਂ ਨਵੀਂ ਪਾਰਟੀ 'ਚ ਗਏ ਹੋ। ਪੋਲਰਾਈਜੇਸ਼ਨ ਕਰਨੀ, ਹਿੰਦੂ ਤੇ ਸਿੱਖਾਂ ਨੂੰ ਆਪਸ ਵਿੱਚ ਵੰਡਣਾ, ਹਿੰਦੂ ਤੇ ਮੁਸਲਮਾਨ ਨੂੰ ਆਪਸ ਵਿੱਚ ਵੰਡਣਾ, ਅਸੀਂ ਤਾਂ ਸਭ ਨੂੰ ਨਾਲ ਲੈ ਕੇ ਚੱਲਦੇ ਹਾਂ, ਸਭ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਹਾਂ, ਹਰ ਵਿਅਕਤੀ ਵਿਸ਼ੇਸ਼ ਨੂੰ ਨਾਲ ਲੈ ਕੇ ਚੱਲਦੇ ਹਾਂ। ਅਸੀਂ ਹਿੰਦੂਆਂ ਦੇ ਅਗਰ ਖਿਲਾਫ਼ ਹੁੰਦੀ ਕਾਂਗਰਸ ਪਾਰਟੀ, ਫਿਰ ਜਾਖੜ ਪਰਿਵਾਰ ਨੂੰ ਸਾਰੀ ਜ਼ਿੰਦਗੀ ਕਾਂਗਰਸ ਪਾਰਟੀ ਨੇ ਸਿਰ ਦਾ ਤਾਜ ਨਹੀਂ ਬਣਾਉਣਾ ਸੀ। ਤੁਸੀਂ ਚੁਣਾਵ ਹਾਰ ਗਏ ਜਾਖੜ ਸਾਹਿਬ, ਇਸ ਦੇ ਬਾਵਜੂਦ ਤੁਹਾਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾਇਆ, ਤੁਸੀਂ ਫਿਰ ਤੁਹਾਨੂੰ ਮੈਂਬਰ ਆਫ ਪਾਰਲੀਮੈਂਟ ਲੜਾਇਆ। ਦੇਖੋ, ਹਾਰੇ ਹੋਏ ਵਿਅਕਤੀ ਨੂੰ ਕਿਸੇ ਪਾਰਟੀ ਨੇ, ਮੈਨੂੰ ਦੱਸ ਦਿਓ, ਜਦੋਂ ਅਸੀਂ 80 ਸੀਟਾਂ ਜਿੱਤੇ ਤੁਸੀਂ ਚੁਣਾਵ ਹਾਰ ਗਏ, ਹਾਰੇ ਹੋਏ ਵਿਅਕਤੀ ਨੂੰ PCC ਦਾ ਪ੍ਰਧਾਨ ਬਣਾਉਣਾ ਇਹ ਬੜੀ ਵੱਡੀ ਗੱਲ ਹੈ, ਤੁਸੀਂ ਭੁੱਲ ਗਏ ਹੋ। ਨਫ਼ਰਤ ਦੇ ਬੀਜ ਅਸੀਂ ਨਹੀਂ ਪਾਉਂਦੇ। ਫਿਰ ਉਸੇ ਵਿਅਕਤੀ ਨੂੰ ਬਾਏ ਇਲੈਕਸ਼ਨ, ਤੁਹਾਡਾ ਗੁਰਦਾਸਪੁਰ ਨਾਲ ਕੋਈ ਤਲੁਕਾਤ ਨਹੀਂ ਸੀ, ਮਾਲਵੇ ਦੇ ਰਹਿਣ ਵਾਲੇ ਹੋ ਤੁਸੀਂ, ਫਿਰੋਜ਼ਪੁਰੋਂ ਲੜਾਉਣਾ ਸੀ, ਪਰ ਤੁਹਾਨੂੰ
ਸੇਫ ਸੀਟ ਉੱਥੇ ਬਾਏ ਇਲੈਕਸ਼ਨ ਚ ਲੜਾ ਕੇ ਐਮਪੀ ਬਣਾਇਆ। ਔਰ ਕਾਂਗਰਸ ਪਾਰਟੀ ਕਿੰਨੀ ਚੰਗੀ ਪਾਰਟੀ ਹੈ ਕਿ ਤੁਹਾਨੂੰ ਫੇਰ ਕਿਤੇ ਨਾ ਕਿਤੇ ਕੰਸੀਡਰ ਕਰ ਰਹੀ ਸੀ ਪਾਰਟੀ ਕਿ ਚਲੋ ਹਾਰੇ ਹੋਏ ਵਿਅਕਤੀ ਨੂੰ ਵੀ ਤੁਸੀਂ ਦੁਬਾਰਾ ਚੋਣ ਹਾਰ ਗਏ ਐਮਪੀ ਦੀ ਵੀ ਅਸੀਂ ਇਹਨਾਂ ਨੂੰ ਚੀਫ ਮਿਨਿਸਟਰ ਬਣਾ ਦੇ। ਹਾਲਾਂਕਿ ਐਮਐਲਏ ਦਾ ਅਧਿਕਾਰ ਹੈ, ਐਮਐਲਏ ਦਾ ਅਧਿਕਾਰ ਹੈ ਜਿਹੜਾ ਐਮਐਲਏ ਜਿੱਤਿਆ ਹੁੰਦਾ। ਸੋ ਇਹੋ ਜੀ ਗੱਲਾਂ ਜਾਖੜ ਸਾਹਿਬ ਤੁਹਾਡੇ ਮੂੰਹ ਚੋਂ ਸ਼ੋਭਾ ਨਹੀਂ ਦਿੰਦੀਆਂ। ਜਿੱਤਾਂ ਹਾਰਾਂ ਚਲਦੀਆਂ ਆਉਂਦੀਆਂ ਨੇ। ਅਸੀਂ ਤਿੰਨ ਰਾਜਾਂ ਚ ਕਿਉਂ ਹਾਰ ਗਏ, ਤੇਲੰਗਾਨਾ ਚ ਕਿਉਂ, ਤਿੰਨ ਸਟੇਟਾਂ ਚ ਉਥੇ ਵੀ ਵੋਟ ਕਾਸਟ ਜਿਹੜੀ ਹੈ ਉਸ ਦਾ ਜ਼ਿਕਰ ਕਰਦੇ ਸੀ ਔਰ 2022 ਚ ਵੀ ਇਹੀ ਕੀਤਾ, ਹਿੰਦੂ ਸਿੱਖ ਕੀਤਾ। ਇਸ ਕਰਕੇ ਉਹ ਤੁਸੀਂ ਗਲਤ ਕੀਤਾ, ਤੁਸੀਂ ਜਾਣ ਬੁੱਝ ਕੇ ਜਦੋਂ ਤੁਹਾਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਫਿਰ ਤੁਸੀਂ ਇਹ ਮਨ ਚ ਠਾਣ ਲਿਆ ਆਪਦੇ ਬੀਜੇਪੀ ਨਾਲ ਸਮਝੌਤੇ ਦੇ ਮੁਤਾਬਕ ਕਿ ਮੈਂ ਕਾਂਗਰਸ ਪਾਰਟੀ ਨੂੰ ਕਿੱਦਾਂ ਹਰਾਉਣਾ, ਤੇ ਤੁਸੀਂ ਇਹ ਨਫ਼ਰਤ ਪੈਦਾ ਕੀਤੀ ਕਿ ਅਸੀਂ ਹਿੰਦੂਆਂ ਤੋਂ ਨਫ਼ਰਤ ਕਰਦੀ ਹੈ ਕਾਂਗਰਸ ਪਾਰਟੀ। ਅਗਰ ਹਿੰਦੂਆਂ ਤੋਂ ਨਫ਼ਰਤ ਕਰਦੀ ਹੁੰਦੀ ਤਾਂ ਫਿਰ ਤੁਹਾਨੂੰ ਸਿਰ ਦਾ ਤਾਜ ਬਣਾ ਕੇ ਕਿੱਦਾਂ ਰੱਖਦੀ 68 ਸਾਲ? ਇਹ ਤੁਸੀਂ ਜਾਣ ਬੁੱਝ ਕੇ ਇਹੋ ਜੀ ਕੁਝ ਹੀ ਜਿਹੜੀ ਰਾਜਨੀਤੀ, ਗੰਦੀ ਰਾਜਨੀਤੀ, ਇਹ ਤੁਸੀਂ ਸ਼ੁਰੂਆਤ ਕੀਤੀ ਹੈ। ਹਿੰਦੂਆਂ ਨੂੰ ਤਾਂ ਗਲੇ ਨਾਲ ਲਾ ਕੇ ਰੱਖਿਆ ਹਮੇਸ਼ਾ ਇਸ ਪਾਰਟੀ ਨੇ। ਮੈਨੂੰ ਯਾਦ ਹੈ ਇਹ ਉਹ ਪੰਜਾਬ ਦੇ ਮਾੜੇ ਦਿਨ ਮੈਂ ਜਿਹੜਾ ਪਹਿਲਾਂ ਜ਼ਿਕਰ ਕੀਤਾ। ਸੋ ਇਸ ਤਰ੍ਹਾਂ ਦੀ ਗੱਲ ਉਹਨਾਂ ਨੂੰ ਸ਼ੋਭਾ ਨਹੀਂ ਦਿੰਦੀ।